ਬੋਤਲ ਦੇ ਢੱਕਣ ਨਾਲ ਕ੍ਰਿਕਟ ਵਰਗੀ ਆਵਾਜ਼ ਪੈਦਾ ਕਰ ਸਕਦੇ ਹੋ, ਇਸ ਲਈ ਲੋੜ ਹੈ ਇੱਕ ਪਲਾਸਟਿਕ ਦੇ ਢੱਕਣ ਦੀ, ਬਟਨ, ਰਬੜ ਬੈਂਡ ਤੇ 40 ਸੈਂਟੀਮੀਟਰ ਧਾਗਾ। ਇਸ ਡੋਰੇ ਦੀ ਲੰਬਾਈ ਤੇ ਗੰਢਾ ਮਾਰੋ। ਇਹ ਗੰਢਾ 1 ਇੰਚ ਦੇ ਫਾਸਲੇ ਤੇ ਬਣਾਓ। ਡੋਰੇ ਨੂੰ ਬਟਨ ਦੇ ਛੇਦ ਦੇ ਅੰਦਰ ਪਿਰੋ ਅਤੇ ਗੰਢ ਲਗਾਓ ਤਾਂ ਕਿ ਡੋਰੇ ਦਾ ਇੱਕ ਸਿਰਾ ਬਟਨ ਨਾਲ ਮਜ਼ਬੂਤੀ ਨਾਲ ਬੰਨ ਜਾਵੇ। ਇੱਕ ਰਬੜ ਦਾ ਛੱਲਾ ਲੈ ਕੇ ਵਿਚਕਾਰੋਂ ਕੱਟ ਲਓ ਤੇ ਇਸ ਛੇਦ ਵਿੱਚ ਡੋਰਾ ਪਿਰੋਇਆ ਹੈ। ਬਟਨ ਦੇ ਦੂਸਰੇ ਪਾਸੇ ਇਹ ਰਬੜ ਬੈਂਡ ਪਿਰੋ ਕੇ ਗੰਢ ਬੰਨ ਦਿਓ ਤਾਂ ਕਿ ਇਸ ਦਾ ਛੱਲਾ ਬਣ ਜਾਵੇ। ਹੁਣ ਰਬੜ ਬੈਂਡ ਨੂੰ ਢੱਕਣ ਦੇ ਚੜਾਓ। ਖੱਬੇ ਹੱਥ ਨਾਲ ਢੱਕਣ ਨੂੰ ਫੜੋ ਤੇ ਸੱਜੇ ਹੱਥ ਦੀ ਉਂਗਲੀ ਤੇ ਅੰਗੂਠੇ ਨੂੰ ਪੂਰੇ ਡੋਰੇ ਤੇ ਰਗੜੋ। ਹਰ ਵਾਰੀ ਗੰਢ ਆਉਣ ਤੇ ਬਟਨ ਨਾਲ ਟਕਰਾਉਣ ਤੇ ਇੱਕ ਟਿੱਕੀ ਦੀ ਆਵਾਜ਼ ਆਵੇਗੀ।